ਪੁਲਿਸ ਦੇ ਸ਼ਿਕੰਜੇ ਦੇ ਵਿੱਚ ਖੜੇ ਦੋ ਨੌਜਵਾਨ ਉਹ ਨੇ ਜਿਨ੍ਹਾਂ ਨੇ ਇੰਸਟਾਗ੍ਰਾਮ ਤੇ ਇੱਕ ਫੋਟੋ ਸਾਂਝੀ ਕੀਤੀ। ਤੁਸੀਂ ਸੋਚਦੇ ਹੋਵੋਗੇ ਜੇ ਫੋਟੋ ਸਾਂਝੀ ਕੀਤੀ ਤਾਂ ਇਸ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ? ਤੁਹਾਨੂੰ ਦੱਸ ਦਿਆਂ ਕਿ ਇਹਨਾਂ ਨੌਜਵਾਨਾਂ ਨੇ ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆ ਤੇ ਫੋਟੋ ਸਾਂਝੀ ਕੀਤੀ ਸੀ, ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਵੇਂ ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ। ਨਾਲ ਹੀ ਉਹ ਪਿਸਤੌਲ ਰਿਕਵਰ ਕੀਤਾ ਜਿਸ ਦੇ ਨਾਲ ਇਹਨਾਂ ਨੇ ਫੋਟੋ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ। ਤੁਹਾਡੇ ਯਾਦ ਹੋਵੇਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਖਤੀ ਦੇ ਨਾਲ ਇਹ ਦਿਸ਼ਾ ਨਿਰਦੇਸ਼, ਇਹ ਆਰਡਰ ਜਾਰੀ ਕੀਤੇ ਗਏ ਸੀ ਕਿ ਜੇਕਰ ਕੋਈ ਸ਼ਖਸ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨੁਮਾਇਸ਼ ਕਰੇਗਾ, ਹਥਿਆਰਾਂ ਦੇ ਨਾਲ ਫੋਟੋ ਪਾਏਗਾ, ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸੋ ਹੁਣ ਬਠਿੰਡਾ ਪੁਲਿਸ ਦੇ ਵੱਲੋਂ ਇਹ ਇੱਕ ਐਕਸ਼ਨ ਕੀਤਾ ਗਿਆ, ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਹਥਿਆਰਾਂ ਦੇ ਨਾਲ ਫੋਟੋ ਸਾਂਝੀ ਕੀਤੀ ਗਈ ਸੀ। ਸੋ ਪੰਜਾਬ ਸਰਕਾਰ ਦੇ ਵੱਲੋਂ ਸਖਤੀ ਦੇ ਨਾਲ ਇਹ ਆਦੇਸ਼ ਲਾਗੂ ਕਰਨ ਦੇ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਗਏ ਸੀ। ਸੋ ਦੱਸ ਦਈਏ ਕਿ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਦੋਵੇਂ ਨੌਜਵਾਨ ਆਕਾਸ਼ਦੀਪ ਅਤੇ ਦੂਜੇ ਦਾ ਨਾਮ ਰਾਹੁਲ ਹੈ, ਜੋ ਬਠਿੰਡਾ ਦੇ ਹੀ ਰਹਿਣ ਵਾਲੇ ਨੇ। ਹੁਣ ਇਹ ਪਿਸਤੌਲ ਲਾਇਸੈਂਸੀ ਸੀ ਜਾਂ ਗੈਰ ਕਾਨੂੰਨੀ, ਇਸ ਦੇ ਬਾਰੇ ਪੁਲਿਸ ਲਗਾਤਾਰ ਪਤਾ ਕਰਨ ਦੇ ਵਿੱਚ ਜੁਟੀ ਹੋਈ ਹੈ। ਪੁਲਿਸ ਅਧਿਕਾਰੀ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਜੇਕਰ ਕੋਈ ਸੋਸ਼ਲ ਮੀਡੀਆ 'ਤੇ ਇਸ ਤਰੀਕੇ ਦੀ ਫੋਟੋ ਵਾਇਰਲ ਕਰੇਗਾ, ਪੋਸਟ ਕਰੇਗਾ ਜਿਸ ਦੇ ਨਾਲ ਹਥਿਆਰਾਂ ਦੀ ਨੁਮਾਇਸ਼ ਹੋਵੇ, ਹਥਿਆਰ ਲਹਿਰਾਏ ਜਾਣ, ਉਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਕੀਤਾ ਜਾਵੇਗਾ। ਥੋੜ੍ਹੇ ਟਾਈਮ ਪਹਿਲਾਂ ਸਾਡੇ ਕੋਲ ਇੱਕ ਵੀਡੀਓ ਆਈ ਸੀ, ਇੰਸਟਾਗ੍ਰਾਮ 'ਤੇ ਕਿਸੇ ਨੇ ਸਟੋਰੀ ਪਾਈ ਸੀ, ਉਹਦੇ ਵਿੱਚ ਉਹ ਵੈਪਨ ਡਿਸਪਲੇ ਕਰਨ ਡਿਆ ਸੀ ਅਤੇ DC ਸਾਹਿਬ ਵੱਲੋਂ ਆਰਡਰ ਵੀ ਜਾਰੀ ਕੀਤਾ ਹੋਇਆ ਕਿ ਸੋਸ਼ਲ ਮੀਡੀਆ 'ਤੇ ਵੈਪਨ ਜਿਹੜਾ ਉਹ ਡਿਸਪਲੇ ਨਹੀਂ ਕਰਨਾ ਕਿਸੇ ਵੀ ਹਾਲਤ ਦੇ ਵਿੱਚ, ਅਤੇ ਉਸ ਸੰਬੰਧੀ ਦੋ ਜਿਹੜੇ ਅਕਿਊਜ਼ਡ ਨੇ ਉਹਨਾਂ 'ਤੇ FIR ਰਜਿਸਟਰ ਕੀਤੀ ਗਈ ਹੈ CIA ਸਟਾਫ ਵੱਲੋਂ, ਅਤੇ ਵੈਪਨ ਜਿਹੜਾ ਹੈ ਉਹ ਵੀ ਬਰਾਮਦ ਕੀਤਾ ਗਿਆ। ਗ੍ਰਿਫਤਾਰ ਕੀਤੀ ਗਈ, ਦੋ ਅਰੈਸਟ ਕੀਤੇ ਗਏ ਨੇ ਇਹਦੇ ਵਿੱਚ। ਵੈਪਨ ਉਹਨਾਂ ਦੇ ਆਪਣੇ ਸੀਗੇ ਜਾਂ ਕਿਸੇ ਦੇ ਹੋਰ ਸੀਗੇ? ਆਹ ਲਾਇਸੈਂਸਡ ਵੈਪਨ ਸੀ ਪਰ ਉਹ ਉਹਨਾਂ ਦੇ ਆਪ ਦੇ ਨਾਂ 'ਤੇ ਨਹੀਂ ਸੀ, ਉਹ ਕਿਸੇ ਹੋਰ ਦਾ ਵੈਪਨ ਲੈ ਕੇ ਉਹਨਾਂ ਨੇ ਇੱਦਾਂ ਦੀ ਸਟੋਰੀ ਜਿਹੜੀ ਹੈ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਸੀ। ਹਾਂਜੀ, ਇਹਨਾਂ ਦੋਵਾਂ 'ਚੋਂ ਇੱਕ ਤੇ ਪਹਿਲਾਂ ਲੜਾਈ ਝਗੜੇ ਦੇ FIR ਰਜਿਸਟਰ ਹੈ। ਜਿਹੜੇ ਵਿਅਕਤੀ ਵੈਪਨ ਸੀਗਾ ਉਸ 'ਤੇ ਵੀ ਕਿਸੇ ਦਾ ਇਨਕੁਆਇਰੀ ਕੀਤੀ ਜਾ ਰਹੀ ਹੈ? ਉਹ ਸਾਰਾ ਹਜੇ ਅਸੀਂ ਇਨਵੈਸਟੀਗੇਟ ਕਰਨ ਰਹੇ ਹਾਂ, ਉਹਦਾ ਰੋਲ ਕੀ ਹੈ, ਕੌਣ ਉਹ ਬੰਦਾ ਹੈਗਾ। ਵੈਪਨ ਇਹਨਾਂ ਦੇ ਕੋਲ ਉਹ ਮਿਲ ਗਿਆ ਸੀ ਪਰ ਜਿਹੜੇ ਬੰਦੇ ਦੇ ਨਾਂ 'ਤੇ ਲਾਇਸੈਂਸ ਹੈਗਾ ਉਹ ਸਾਰਾ ਅਸੀਂ ਹੁਣ ਵੈਰੀਫਾਈ ਕਰਨ ਰਹੇ ਹਾਂ। ਉਹ ਇਨਵੈਸਟੀਗੇਸ਼ਨ ਸਾਡੀ ਚੱਲਦੀ ਪਈ। ਕਿਹੜੀ ਜਗ੍ਹਾ ਤੋਂ ਆਪਣਾ ਗ੍ਰਿਫਤਾਰ? ਕੋਤਵਾਲੀ ਥਾਣੇ ਦੇ ਏਰੀਏ 'ਚੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਸ ਤਰ੍ਹਾਂ ਵੈਪਨ ਦੇ ਸਕਦਾ ਇੱਕ ਦੂਸਰੇ ਨੂੰ? ਜੇ ਉਹ ਚੀਜ਼ ਵੀ ਹਜੇ ਵੈਰੀਫਾਈ ਕਰਨ ਵਾਲੀ ਹੈਗੀ ਹੈ, ਇਹਨਾਂ ਨੇ ਕਿੱਦਾਂ ਵੈਪਨ ਕਿਸ ਕੰਡੀਸ਼ਨ 'ਚ ਉਸ ਬੰਦੇ ਤੋਂ ਲਿਆ ਹੈ, ਕਿਸ ਕਾਰਨ ਲਈ ਲਿਆ, ਉਹ ਸਾਰਾ ਅਸੀਂ ਹੁਣ ਇਨਵੈਸਟੀਗੇਟ ਕਰਨ ਡਿਆ। ਸਾਰਾ ਕੁਝ ਵੈਰੀਫਾਈ ਕਰਕੇ ਤੁਹਾਨੂੰ ਅਸੀਂ ਬਾਅਦ 'ਚ ਦੱਸ। ਨੌਜਵਾਨ ਪੀੜ੍ਹੀ ਨੂੰ ਕੀ ਛੋੜੇਗਾ ਮੈਸੇਜ? ਅਸੀਂ ਆਹੀ ਮੈਸੇਜ ਦੇਣਾ ਚਾਹੁੰਦੇ ਹਾਂ, DC ਸਾਹਿਬ ਵੱਲੋਂ ਵੈਪਨ ਡਿਸਪਲੇ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ, ਇਹਦੇ ਸੰਬੰਧੀ DC ਸਾਹਿਬ ਵੱਲੋਂ ਆਰਡਰ ਵੀ ਨਿਕਾਲਿਆ ਹੋਇਆ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਵੈਪਨ ਦਾ ਜਿਹੜਾ ਡਿਸਪਲੇ ਉਹ ਨਾ ਕੀਤਾ ਜਾਏ, ਅਤੇ ਇਹ ਤੋਂ ਸਾਨੂੰ ਬਚਣਾ ਚਾਹੀਦਾ ਹੈ।